ਤਕਰੀਬਨ 8 ਦਿਨ ਬਾਅਦ ਜਿਹੜਾ ਹੈਗਾ ਸ਼ੁਭਕਰਮ ਦੀ ਮ੍ਰਿਤਕ ਦੇਹ ਇਸ ਵਕਤ ਖਨੌਰੀ ਬਾਰਡਰ ਉਸੇ ਜਗ੍ਹਾ ਦੇ ਉੱਪਰ ਲਿਆਂਦੀ ਗਈ ਹੈ ਜਿੱਥੇ ਸ਼ੁਭਕਰਮ ਦਾ ਹਰਿਆਣਾ ਪੁਲਿਸ ਦੇ ਨਾਲ ਟਕਰਾਅ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵਕਤ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ। ਪਟਿਆਲਾ ਰਜਿੰਦਰਾ ਹਸਪੀਟਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਿਹੜੀ ਹੈਗੀ ਆ ਸ਼ੁਭਕਰਮ ਦੀ ਮ੍ਰਿਤਕ ਦੇਹ ਇਸ ਵਕਤ ਖਨੌਰੀ ਬਾਰਡਰ ਲਿਆਂਦੀ ਗਈ ਆ। ਕਿਸਾਨ ਉਹਦੇ ਅੰਤਿਮ ਦਰਸ਼ਨ ਜਿਹੜੇ ਹੈਗੇ ਨੇ ਕਰ ਰਹੇ ਨੇ, ਹਰ ਇੱਕ ਅੱਖ ਨਾਵਾਂ, ਕਿਉਂਕਿ ਸ਼ੁਭਕਰਨ 21 ਸਾਲ ਦਾ ਨੌਜਵਾਨ ਸੀ, ਦੋ ਭੈਣਾਂ ਦਾ ਇਕਲੌਤਾ ਭਰਾ, ਪਰਿਵਾਰ ਦਾ ਇਕੱਲਾ ਇਕੱਲਾ ਚਿਰਾਗ ਜਿਹੜਾ ਹੈਗਾ ਸੀ ਉਹ ਕਿਸਾਨੀ ਅੰਦੋਲਨ ਦੇ ਵਿੱਚ ਬੁੱਝ ਗਿਆ, ਜਿਸ ਤੋਂ ਬਾਅਦ ਲਗਾਤਾਰ FIR ਦੀ ਜਿਹੜੀ ਹੈਗੀ ਆ ਮੰਗ ਕੀਤੀ ਜਾ ਰਹੀ ਸੀ ਕਿਸਾਨਾਂ ਦੇ ਵੱਲੋਂ, ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿ ਦੋਸ਼ੀਆਂ ਦੇ ਖਿਲਾਫ FIR ਹੋਵੇ। ਅਤੇ ਜਦੋਂ ਹੁਣ FIR ਲਾਂਚ ਕਰ ਦਿੱਤੀ ਗਈ ਆ ਪਟਿਆਲਾ ਪੁਲਿਸ ਤੋਂ ਦੇ ਵੱਲੋਂ, ਉਸ ਤੋਂ ਬਾਅਦ ਅੱਜ ਤਕਰੀਬਨ 8 ਦਿਨਾਂ ਬਾਅਦ ਜਾ ਕੇ ਜਿਹੜਾ ਹੈਗਾ ਸ਼ੁਭਕਰਨ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਉਹਦੀ ਜਿਹੜੀ ਮ੍ਰਿਤਕ ਦੇਹ ਆ ਉਹਨੂੰ ਇਸ ਵਕਤ ਉਹਦੇ ਘਰ ਲਿਜਾਣ ਤੋਂ ਪਹਿਲਾਂ ਖਨੌਰੀ ਬਾਰਡਰ ਲਿਆਂਦਾ ਗਿਆ। ਤਸਵੀਰਾਂ ਦੇਖ ਸਕਦੇ ਹੋ, ਕਿਸਾਨਾਂ ਨੇ ਆਪਣੇ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਨੇ ਅਤੇ ਲਗਾਤਾਰ ਜਿਹੜੇ ਹੈਗੇ ਨੇ ਸਤਨਾਮ ਵਾਹਿਗੁਰੂ ਦੇ ਨਾਅਰੇ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ, ਹਰ ਇੱਕ ਅੱਖ ਨਾਵਾਂ, ਅਤੇ ਸ਼ੁਭਕਰਨ ਨੂੰ ਜਿਹੜੀ ਹੈਗੀ ਆ ਸ਼ਰਧਾਂਜਲੀ ਆ ਉਹ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਸ਼ੁਭਕਰਨ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਉਹਦੇ ਘਰ ਲਿਜਾਈ ਜਾਊਗੀ ਅਤੇ ਉੱਥੇ ਉਹਦਾ ਅੰਤਿਮ ਸੰਸਕਾਰ ਕੀਤਾ ਜਾਊਗਾ। ਤਕਰੀਬਨ 8 ਦਿਨ ਬਾਅਦ ਜਿਹੜਾ ਹੈਗਾ ਸ਼ੁਭਕਰਮ ਦੀ ਮ੍ਰਿਤਕ ਦੇਹ ਇਸ ਵਕਤ ਖਨੌਰੀ ਬਾਰਡਰ ਉਸੇ ਜਗ੍ਹਾ ਦੇ ਉੱਪਰ ਲਿਆਂਦੀ ਗਈ ਹੈ ਜਿੱਥੇ ਸ਼ੁਭਕਰਮ ਦਾ ਹਰਿਆਣਾ ਪੁਲਿਸ ਦੇ ਨਾਲ ਟਕਰਾਅ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵਕਤ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ। ਪਟਿਆਲਾ ਰਜਿੰਦਰਾ ਹਸਪੀਟਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਿਹੜੀ ਹੈਗੀ ਆ ਸ਼ੁਭਕਰਮ ਦੀ ਮ੍ਰਿਤਕ ਦੇਹ ਇਸ ਵਕਤ ਖਨੌਰੀ ਬਾਰਡਰ ਲਿਆਂਦੀ ਗਈ ਆ। ਕਿਸਾਨ ਉਹਦੇ ਅੰਤਿਮ ਦਰਸ਼ਨ ਜਿਹੜੇ ਹੈਗੇ ਨੇ ਕਰ ਰਹੇ ਨੇ, ਹਰ ਇੱਕ ਅੱਖ ਨਾਵਾਂ, ਕਿਉਂਕਿ ਸ਼ੁਭਕਰਨ 21 ਸਾਲ ਦਾ ਨੌਜਵਾਨ ਸੀ, ਦੋ ਭੈਣਾਂ ਦਾ ਇਕਲੌਤਾ ਭਰਾ, ਪਰਿਵਾਰ ਦਾ ਇਕੱਲਾ ਇਕੱਲਾ ਚਿਰਾਗ ਜਿਹੜਾ ਹੈਗਾ ਸੀ ਉਹ ਕਿਸਾਨੀ ਅੰਦੋਲਨ ਦੇ ਵਿੱਚ ਬੁੱਝ ਗਿਆ, ਜਿਸ ਤੋਂ ਬਾਅਦ ਲਗਾਤਾਰ FIR ਦੀ ਜਿਹੜੀ ਹੈਗੀ ਆ ਮੰਗ ਕੀਤੀ ਜਾ ਰਹੀ ਸੀ ਕਿਸਾਨਾਂ ਦੇ ਵੱਲੋਂ, ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿ ਦੋਸ਼ੀਆਂ ਦੇ ਖਿਲਾਫ FIR ਹੋਵੇ। ਅਤੇ ਜਦੋਂ ਹੁਣ FIR ਲਾਂਚ ਕਰ ਦਿੱਤੀ ਗਈ ਆ ਪਟਿਆਲਾ ਪੁਲਿਸ ਤੋਂ ਦੇ ਵੱਲੋਂ, ਉਸ ਤੋਂ ਬਾਅਦ ਅੱਜ ਤਕਰੀਬਨ 8 ਦਿਨਾਂ ਬਾਅਦ ਜਾ ਕੇ ਜਿਹੜਾ ਹੈਗਾ ਸ਼ੁਭਕਰਨ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਉਹਦੀ ਜਿਹੜੀ ਮ੍ਰਿਤਕ ਦੇਹ ਆ ਉਹਨੂੰ ਇਸ ਵਕਤ ਉਹਦੇ ਘਰ ਲਿਜਾਣ ਤੋਂ ਪਹਿਲਾਂ ਖਨੌਰੀ ਬਾਰਡਰ ਲਿਆਂਦਾ ਗਿਆ। ਤਸਵੀਰਾਂ ਦੇਖ ਸਕਦੇ ਹੋ, ਕਿਸਾਨਾਂ ਨੇ ਆਪਣੇ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਨੇ ਅਤੇ ਲਗਾਤਾਰ ਜਿਹੜੇ ਹੈਗੇ ਨੇ ਸਤਨਾਮ ਵਾਹਿਗੁਰੂ ਦੇ ਨਾਅਰੇ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ, ਹਰ ਇੱਕ ਅੱਖ ਨਾਵਾਂ, ਅਤੇ ਸ਼ੁਭਕਰਨ ਨੂੰ ਜਿਹੜੀ ਹੈਗੀ ਆ ਸ਼ਰਧਾਂਜਲੀ ਆ ਉਹ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਸ਼ੁਭਕਰਨ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਉਹਦੇ ਘਰ ਲਿਜਾਈ ਜਾਊਗੀ ਅਤੇ ਉੱਥੇ ਉਹਦਾ ਅੰਤਿਮ ਸੰਸਕਾਰ ਕੀਤਾ ਜਾਊਗਾ।